ਬੀਬੀ ਖਾਲੜਾ ਪੰਜਾਬ ਏਕਤਾ ਪਾਰਟੀ ਦੇ ਉਮੀਦਵਾਰ ਵਜੋਂ ਇਲੈਕਸ਼ਨ ਲੜ, ਇਹਨਾਂ ਨੂੰ ਤਕਲੀਫ ਕੀ ਹੈ ਦੱਸਿਓ ਜ਼ਰਾ, ਮੈਨੂੰ ਸਮਝਾਓ। ਬੀਬੀ ਪਰਮਜੀਤ ਕੌਰ ਖਾਲੜਾ ਦੇ ਸ਼੍ਰੀ ਖਡੂਰ ਸਾਹਿਬ ਤੋਂ ਚੋਣ ਲੜਨ ਨੂੰ ਲੈ ਕੇ ਵੱਡਾ ਸਿਆਸੀ ਸੰਕਟ ਖੜਾ ਹੁੰਦਾ ਦਿਖਾਈ ਦੇ ਰਿਹਾ। ਸ਼੍ਰੋਮਣੀ ਅਕਾਲੀ ਦਲ, ਟਕਸਾਲੀ ਆਮ ਆਦਮੀ ਪਾਰਟੀ ਅਤੇ ਹੋਰ ਖੱਬੇ ਪੱਖੀ ਪਾਰਟੀਆਂ ਬੀਬੀ ਖਾਲੜਾ ਨੂੰ ਆਜ਼ਾਦ ਚੋਣ ਲੜਨ ਦੀ ਸਲਾਹ ਦੇ ਰਹੀਆਂ ਨੇ, ਤਾਂ ਦੂਜੇ ਪਾਸੇ ਸੁਖਪਾਲ ਸਿੰਘ ਖਹਿਰਾ ਬੀਬੀ ਖਾਲੜਾ ਨੂੰ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਾਉਣ ਦੇ ਮੂਡ ਵਿੱਚ ਨਹੀਂ। ਬੀਤੇ ਦਿਨ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਮਨ ਅਰੋੜਾ ਨੇ ਬੀਬੀ ਖਾਲੜਾ ਨੂੰ ਆਜ਼ਾਦ ਚੋਣ ਲੜਨ ਦੀ ਪੇਸ਼ਕਸ਼ ਕੀਤੀ, ਤਾਂ ਸੁਖਪਾਲ ਸਿੰਘ ਖਹਿਰਾ ਨੇ ਹੁਣ ਆਪ ਲੀਡਰਸ਼ਿਪ ਨੂੰ ਠੋਕਵਾਂ ਜਵਾਬ ਦਿੱਤਾ ਹੈ। ਇੱਕ ਗੱਲ ਦੱਸੋ ਕਿ ਇਹ ਪੰਜਾਬ ਡੈਮੋਕਰੇਟਿਕ ਅਲਾਇੰਸ ਦਾ ਇੱਕ ਸਾਂਝਾ ਸਮੂਹਿਕ ਫੈਸਲਾ ਵਾ, ਮੈਂ ਇਕੱਲਾ ਇਸ ਫੈਸਲੇ ਨੂੰ ਅਪਸੈਟ ਨਹੀਂ ਕਰਦਾ। ਲੈਟਸ ਪ੍ਰਜ਼ੂਮ ਕਿ ਬੀਬੀ ਖਾਲੜਾ ਪੰਜਾਬ ਏਕਤਾ ਪਾਰਟੀ ਦੇ ਉਮੀਦਵਾਰ ਵਜੋਂ ਇਲੈਕਸ਼ਨ ਲੜ, ਇਹਨਾਂ ਨੂੰ ਤਕਲੀਫ ਕੀ ਹੈ ਦੱਸਿਓ ਜ਼ਰਾ, ਮੈਨੂੰ ਸਮਝਾਓ। ਸਿਰਫ ਭਗਵੰਤ ਮਾਨ ਕਹਿ ਰਿਹਾ ਵਾ ਕਿ ਅਸੀਂ ਤਾਂ ਸਪੋਰਟ ਕਰਾਂਗੇ ਜੇ ਤੁਸੀਂ ਆਜ਼ਾਦ ਕਰੋ, ਸਾਨੂੰ ਭਗਵੰਤ ਮਾਨ ਦੀ ਸਪੋਰਟ ਹੀ ਨਹੀਂ ਚਾਹੀਦੀ। ਉਹ ਤਾਂ ਕਾਂਗਰਸ ਦੀਆਂ ਲਿਲਕੜੀਆਂ ਕੱਢ ਰਹੇ ਨੇ, ਉਹ ਤਾਂ ਕਾਂਗਰਸ ਨਾਲ ਗੱਠਜੋੜ ਕਰ ਰਹੇ ਨੇ ਆਮ ਆਦਮੀ ਪਾਰਟੀ ਵਾਲੇ ਦਿੱਲੀ, ਜਿਹੜੇ ਆਮ ਆਦਮੀ ਪਾਰਟੀ ਨੇ ਬਿਕਰਮ ਮਜੀਠੀਆ ਤੋਂ ਮਾਫੀ ਮੰਗ ਲਈ ਗੋਡੇ ਟੇਕ ਕੇ, ਅਸੀਂ ਉਹਨਾਂ ਨਾਲ ਸੁਲਹਾ ਨਹੀਂ ਕਰਨਾ ਚਾਹੁੰਦੇ। ਸੋ ਉਹ ਸ਼ਰਤ ਹੀ ਨਹੀਂ ਲਾ ਸਕਦੇ ਸਾਡੇ 'ਤੇ, ਬਾਕੀ ਅਸੀਂ ਸਾਰੀਆਂ ਧਿਰਾਂ ਇਕੱਠੀਆਂ ਵਾਂ, ਬਾਕੀ ਫਿਰ ਵੀ ਇਸ 'ਤੇ ਮੁੜ ਵਿਚਾਰ ਕਰ ਲਾਂਗੇ ਅਸੀਂ ਆਪਣੇ ਗੱਠਜੋੜ ਦੇ। ਆਈ ਐਮ ਨੋਟ ਦੀ ਓਨਲੀ ਪਰਸਨ ਟੂ ਡਿਸਾਈਡ, ਵੀ ਆਰ 7 ਪਾਰਟੀਜ਼ ਐਂਡ ਆਲ 7 ਕੰਸਟੀਟੂਐਂਟਸ ਐਂਡ ਪਾਰਟਿਸਿਪੈਂਟਸ ਐਂਡ ਪਾਰਟਨਰਸ ਵਿਲ ਡਿਸਾਈਡ ਔਨ ਦਿਸ। ਕੈਪਟਨ ਅਮਰਿੰਦਰ ਸਿੰਘ ਅਤੇ ਰੂਸਾ ਆਲਮ ਦੇ ਰਿਸ਼ਤੇ 'ਤੇ ਵੀ ਖਹਿਰਾ ਨੇ ਖੂਬ ਚੁਟਕੀ ਭਰੀ ਹੈ। ਦੇਖੋ, ਇਹ ਕਾਂਗਰਸ ਵਾਲਿਆਂ ਨੂੰ ਪਤਾ ਹੋਊਗਾ ਅੰਦਰ ਖਾਤੇ ਕੀ ਹੁੰਦਾ, ਪਰ ਬਾਹਰੋਂ ਸਾਨੂੰ ਨਜ਼ਰ ਆਉਂਦਾ, ਬਾਹਰੋਂ ਸਾਨੂੰ ਨਜ਼ਰ ਤਾਂ ਆਉਂਦਾ ਹੈ ਕਿ ਰੂਸਾ ਆਲਮ ਕਾਫੀ ਇਨਫਲੂਐਂਸ ਰੱਖਦੀ ਹੈ ਪੰਜਾਬ ਸਰਕਾਰ 'ਤੇ। ਜਦੋਂ ਕੈਪਟਨ ਅਮਰਿੰਦਰ ਦੇ ਇਨਫਲੂਐਂਸ ਰੱਖਦੀ, ਬਾਕੀ ਕੀ ਰਹਿ ਗਿਆ ਯਾਰ, ਉਹ ਤਾਂ ਅੰਡਰਸਟੂਡ ਹੀ ਹੈਗਾ ਵਾ। ਬਾਕੀ ਕਾਂਗਰਸ 'ਚੋਂ ਲੋਕ ਜਿਹੜੇ ਛੱਡ ਰਹੇ ਨੇ, ਉਹਨਾਂ ਨੂੰ ਇੱਕ ਗੱਲ ਸਮਝ ਆਉਣੀ ਚਾਹੀਦੀ ਕਿ ਕਾਂਗਰਸ ਪ੍ਰਾਈਮੈਰਲੀ ਅਮੀਰ ਆਦਮੀਆਂ ਦੀ ਪਾਰਟੀ ਆ, ਕਰਪਟ ਆਦਮੀਆਂ ਦੀ ਪਾਰਟੀ ਆ, ਖੁਸ਼ਾਮਦੀਆਂ ਦੀ ਪਾਰਟੀ ਆ, ਬਹੁਬਲੀ ਰਾਜਨੀਤੀ ਕਰਨ ਵਾਲਿਆਂ ਦੇ ਉੱਥੇ ਜਗ੍ਹਾ ਹੈਗੀ। ਇਸ ਦੇ ਨਾਲ ਹੀ ਖਹਿਰਾ ਵੱਲੋਂ ਸ਼੍ਰੀ ਅਨੰਦਪੁਰ ਸਾਹਿਬ ਸੀਟ ਤੋਂ ਕਾਂਗਰਸ ਵੱਲੋਂ ਉਤਾਰੇ ਗਏ ਪੈਰਾਸ਼ੂਟੀ ਉਮੀਦਵਾਰ ਮਨੀਸ਼ ਤਿਵਾੜੀ 'ਤੇ ਵੀ ਜੰਮ ਕੇ ਨਿਸ਼ਾਨੇ ਸਾਧੇ ਗਏ। ਫਰੈਂਡ ਆਫ ਮਾਈਨ, ਬਹੁਤ ਅੱਛੇ ਬੰਦੇ ਨੇ, ਲੇਕਿਨ ਕੀ ਦਿੱਲੀ ਤੋਂ ਲੀਡਰਸ ਆਣ ਕੇ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਆਣ ਕੇ ਆਪਣੇ ਫਰਜ਼ ਪੂਰੇ ਕਰ ਸਕੇ? ਅੱਗੇ ਅੰਬਿਕਾ ਸੋਨੀ ਜੀ ਨੂੰ ਦਿੱਤੀ ਸੀ, ਉਹਨੂੰ ਕਾਫੀ ਵੋਟ ਪਈ ਸੀਗੀ, ਮੇਰਾ ਨਹੀਂ ਖਿਆਲ ਕਦੀ ਉਹ ਇੱਥੇ ਅਨੰਦਪੁਰ ਦੇ ਇਸ ਧਰਤੀ 'ਤੇ ਆਣ ਕੇ ਅੰਬਿਕਾ ਸੋਨੀ ਨੇ ਕੋਈ ਸਮੂਹਕ ਤੌਰ ਦੇ ਉੱਤੇ ਪਾਰਟੀਸਪੇਸ਼ਨ ਕੀਤੀ ਹੋਵੇਗੀ। ਉਹਨਾਂ ਦੀ ਪ੍ਰੈਕਟੀਕਲੀ ਇੰਪੋਸੀਬਲ ਆ, ਦਿੱਲੀ ਤੋਂ ਚੱਲ ਕੇ ਆਣ ਕੇ ਨੂਰਪੁਰ ਬੇਦੀ ਜਾਂ ਅਨੰਦਪੁਰ ਜਾਂ ਬੰਗਿਆ ਜਾਂ ਨਵਾਂਸ਼ਹਿਰ ਕਿੰਨੀ ਵਾਰੀ ਬੰਦਾ ਆ ਸਕਦਾ? ਤੁਸੀਂ ਰਹਿ ਗਏ ਮੰਤਰੀ ਦਾ, ਅੱਧੇ ਤਾਂ ਇਸ ਦੇਸ਼ ਦੇ ਮੰਤਰੀ ਕਰਪਟ ਨੇ, ਸੋ ਦੇਅਰਫੋਰ ਦੈਟ ਇਜ਼ ਨੋ ਕ੍ਰਾਈਟੇਰੀਆ। ਹਾਂ, ਸਾਨੂੰ ਆਦਮੀ ਲੋਕਾਂ ਨੂੰ ਉਹ ਚੁਣ ਕੇ ਭੇਜਣਾ ਚਾਹੀਦਾ ਜਿਹੜਾ ਦੇਸ਼ ਦੀ ਪਾਰਲੀਮੈਂਟ ਵਿੱਚ ਜਾ ਕੇ ਨਿਡਰਤਾ ਨਾਲ ਗੱਲ ਕਰੇ, ਪੰਜਾਬ ਦਾ ਪੱਖ ਰੱਖੇ, ਪੰਜਾਬ ਦੇ ਪਾਣੀਆਂ ਦਾ ਪੱਖ ਰੱਖੇ, ਪੰਜਾਬ ਦੇ ਕਿਸਾਨਾਂ ਦਾ। ਸਵਾਮੀਨਾਥਨ ਕਮੇਟੀ ਰਿਪੋਰਟ ਸਾਰੀਆਂ ਕਹੀ ਜਾਂਦੀਆਂ, ਲਾਗੂ ਕੋਈ ਕਰਦਾ ਨੀਗਾ। ਅਗਰ ਅੱਜ ਸਵਾਮੀਨਾਥਨ ਕਮੇਟੀ ਦੀ ਰਿਪੋਰਟ ਲਾਗੂ ਹੋਵੇ, ਸਾਡੇ ਕਣਕ ਦਾ ਭਾਅ 1840 ਰੁਪਏ ਕੁਇੰਟਲ ਨਹੀਂ, ਘੱਟੋ ਘੱਟ 3500 ਰੁਪਏ ਕੁਇੰਟਲ ਚਾਹੀਦਾ, ਆਪੇ ਕਰਜ਼ਾ ਲੱਥ ਜੂਗਾ। ਅਸੀਂ ਅਮਰਿੰਦਰ ਦੇ ਮੰਗਤੇ ਥੋੜ੍ਹੋ ਹੈਗੇ ਹਾਂ, ਇਹ ਕਿਸਾਨ ਖੇਤ ਮਜ਼ਦੂਰ ਅਮਰਿੰਦਰ ਸਿੰਘ ਦੇ ਕੋਈ ਖਿਰਾਤ ਥੋੜ੍ਹੋ ਮੰਗਦੇ, ਅਸੀਂ ਨੌਕਰ ਥੋੜ੍ਹੋ ਉਹਦੇ, ਅਸੀਂ ਮਾਲਕ ਹੈ ਪੰਜਾਬ ਦੇ, ਸਾਡੀਆਂ ਜ਼ਮੀਨਾਂ ਨੇ, ਸਾਨੂੰ ਭਾਅ ਠੀਕ ਦਿਓ, ਸਾਡੇ ਹੱਕ ਹਲਾਲ ਦੀ ਕਮਾਈ ਦਿਓ, ਸਾਨੂੰ ਕਰਜ਼ੇ ਮਾਫੀ ਦੀ ਲੋੜ ਹੀ ਕੋਈ ਨਹੀਂ ਹੈਗੀ। ਬਿਲਕੁਲ ਜ਼ਿਕਰਯੋਗ ਹੈ ਕਿ ਪੀਡੀਓ ਉਮੀਦਵਾਰ ਬੀਬੀ ਖਾਲੜਾ ਦੇ ਚੋਣ ਮੈਦਾਨ 'ਚ ਆਉਣ ਤੋਂ ਬਾਅਦ ਟਕਸਾਲੀ ਅਕਾਲੀ ਦਲ ਵੱਲੋਂ ਆਪਣੇ ਉਮੀਦਵਾਰ ਜਨਰਲ ਜੇ ਜੇ ਸਿੰਘ ਦਾ ਨਾਮ ਸ਼੍ਰੀ ਖਡੂਰ ਸਾਹਿਬ ਤੋਂ ਵਾਪਸ ਲੈ ਲਿਆ ਗਿਆ ਸੀ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਕਈ ਵਾਰ ਬੀਬੀ ਖਾਲੜਾ ਨੂੰ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਅਤੇ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋਣ ਦਾ ਸੱਦਾ ਦੇ ਚੁੱਕੀ ਹੈ। ਦੋਵੇਂ ਹੀ ਪਾਰਟੀਆਂ ਦਾ ਇਲਜ਼ਾਮ ਹੈ ਕਿ ਸੁਖਪਾਲ ਖਹਿਰਾ ਬੀਬੀ ਖਾਲੜਾ ਦਾ ਨਾਮ ਵਿਦੇਸ਼ਾਂ ਤੋਂ ਫੰਡ ਇਕੱਠਾ ਕਰਨ ਲਈ ਵਰਤ ਰਹੇ ਨੇ। ਅਨੰਦਪੁਰ ਸਾਹਿਬ ਤੋਂ ਚੋਵੇ ਚਲਟਾਵਾ, ਪੰਜਾਬੀ ਲੋਕ ਚੈਨਲ।